ਅਸਲਾਮ ਵਾਲੇਕੁਮ ਜੀ, ਮੈਂ ਹਾਂ ਜੀ ਨਵੀਂ ਰਾਜਾ, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਦੇਸੀ ਪੰਜਾਬੀ ਟੀਵੀ। ਮਜ਼ਾ ਨਹੀਂ ਆ ਰਿਹਾ ਹੈ ਅਤੇ ਮੇਰੇ ਭੈਣ ਭਰਾ ਵੇਖਣ ਵਾਲੇ, ਜਿੱਥੇ ਰਹੋ ਸ਼ਾਦ ਰਹੋ, ਆਬਾਦ ਰਹੋ, ਖੁਸ਼ ਰਹੋ। ਅਤੇ ਮੈਂ ਅੱਜ ਛੋਟਾ ਜਿਹਾ ਵਲੋਗ ਬਣਾ ਰਿਹਾ। ਮੈਂ ਕਿਹਾ ਚਲੋ ਅੱਜ ਸੁਬਹਾ ਸੁਬਹਾ ਮੈਂ ਜਾ ਰਿਹਾ ਵਾਂ ਆਪਣੀ ਸ਼ੋਪ 'ਤੇ, ਅਤੇ ਅੱਜ ਮੇਰੇ ਕੋਲ ਮੇਰੀ ਸਵਾਰੀ ਨਹੀਂ ਆਇਆ, ਮੈਂ ਲਿਫਟ ਲੈਣੀ। ਮੈਂ ਚਲੋ ਪੈਦਲ ਜਾ ਰਿਹਾ, ਚਲੋ ਇੱਕ ਵਲੋਗ ਬਣਾਉਂਦੇ, ਨਾਲੇ ਪਿੰਡ ਦੀ ਲਾਈਫ ਵਿਖਾਉਂਦੇ ਆਪਣੇ ਭੈਣ ਭਰਾਵਾਂ ਨੂੰ, ਪਿੰਡ ਦਾ ਸੁਬਹਾ ਸੁਬਹਾ ਦਾ ਨਜ਼ਾਰਾ ਕੈਸਾ। ਦੇਖੋ ਮਾਸ਼ਾਅੱਲਾ, ਐ ਮਕਈ ਲੱਗੀ, ਕੈਸੀ ਖੂਬਸੂਰਤੀ ਨਜ਼ਾਰੇ। ਸਬਜ਼ਾ ਜਿਹੜਾ ਨਾ, ਇਹ ਸੁਬਹਾ ਸੁਬਹਾ ਜਿਹੜਾ ਸਬਜ਼ਾ ਨੂੰ ਵੇਖਣਾ ਨਾ, ਅੱਖਾਂ ਵਾਸਤੇ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ। ਤੂੰ ਸਮਝਾ? ਹਾਂ ਨਹੀਂ, ਤੂੰ ਸਮਝਾ ਨਹੀਂ। ਇਹ ਪਿੰਡ ਦੀ ਲਾਈਫ ਜਿਹੜੀ ਨਾ ਯਾਰ, ਕਮਾ, ਉਹਨਾਂ ਨੂੰ ਪੁੱਛੋ ਜਿਹੜੇ ਤਰਸਦੇ ਨੇ ਇਸ ਲਾਈਫ ਨੂੰ। ਲਓ ਵੀ, ਲਿਫਟ ਲੈਣ ਦਾ ਆਪਣਾ ਹੀ ਮਜ਼ਾ ਵਾ। ਅਤੇ ਮੈਂ ਚਲੋ ਨਾਲ ਵਲੋਗ ਬਣਾ ਲੈਂਦੇ, ਨਾਲ ਦੇਖਣਾ ਕਿੰਨੀ ਦੇਰ ਮੈਂ ਪੈਦਲ ਜਾ ਰਿਹਾ। ਦੇਖੋ ਆ, ਪਿੱਛੋਂ ਇੰਨਾ ਸਫ਼ਰ ਮੈਂ ਕਰ ਲਿਆ, ਮੈਂ ਪੈਦਲ ਜਾ ਰਿਹਾ, ਕੋਈ ਤਾਂ ਆਏਗਾ ਨਾ ਲਾਦਾ ਬੰਦਾ। ਮਾਸ਼ਾਅੱਲਾ ਦੇਖੋ, ਬਾਰਿਸ਼ ਹੋਈ, ਪਾਣੀ ਸੜਕ 'ਤੇ ਜਮ੍ਹਾਂ ਵਾ, ਬਹੁਤ ਹੀ ਪਿਆਰਾ ਨਜ਼ਾਰਾ ਵਾ। ਅਤੇ ਮੈਂ ਚਲੋ ਪੈਦਲ ਜਾ ਰਿਹਾ, ਅੱਛਾ ਜਾ ਰਿਹਾ, ਨਾਲੇ ਮੈਂ ਵਲੋਗ ਬਣਾਉਂਦਾ ਤੁਹਾਨੂੰ ਸੁਬਹਾ ਦੀ ਖੂਬਸੂਰਤੀ ਦਿਖਾਉਂਦਾ, ਪਿੰਡ ਦੀ ਵਿਲੇਜ ਲਾਈਫ ਕੈਸੀ। ਅਤੇ ਅੱਜ ਤੋਂ ਇਨਸ਼ਾਅੱਲਾ ਮੈਂ ਜਿਸ ਤਰ੍ਹਾਂ ਦੇ ਵੀ ਨਾ ਵਲੋਗ ਬਣਾਉਣੇ ਕਰਨੇ, ਕਿਉਂਕਿ ਉਹਦੇ ਪੇਂਡੂ ਵੀ ਤਾਂ ਬਣਾਉਂਦਾ ਨਾ, ਉਹ ਕੀ ਕਰਦਾ, ਲੋਕ ਕਹਿੰਦਾ ਯਾਰ ਤੂੰ ਇਹ ਕੀ ਦਿਖਾਉਂਦਾ ਰਹਿੰਦਾ ਯਾਰ। ਮੈਂ ਕਿਹਾ ਯਾਰ ਉਹਦੇ ਪੇਂਡੂ ਕੀ ਦਿਖਾਉਂਦਾ, ਬਸ ਇਹ ਵਲੋਗਿੰਗ ਇਹਨੂੰ ਕਹਿੰਦੇ ਨੇ ਵਲੋਗ, ਠੀਕ ਹੈ ਨਾ। ਜੋ ਤੁਸੀਂ ਕਰ ਰਹੇ ਜੋ ਉਹ ਬਣਾਈ, ਚਲੋ ਵੀਡੀਓ ਬਸ ਅਪਲੋਡ ਕੀਤੀ ਜੋ, ਅੱਲਾ ਦਾ ਖੈਰ ਸੱਲਾ, ਬਸ ਤੁਸੀਂ ਆਪਣਾ ਕੰਮ ਜਾਰੀ ਰੱਖੋ, ਲੋਕਾਂ ਨੂੰ ਛੱਡੋ। ਦੇਖੋ ਪਰਿੰਦੇ ਦੀ ਆਵਾਜ਼ਾਂ ਆ ਰਹੀਆਂ, ਦੇਖੋ ਹੈ ਨਾ ਨਜ਼ਾਰਾ ਪਿੰਡਾਂ ਦਾ, ਕੈਸੀ ਲਾਈਫ ਵਿਲੇਜ, ਕੈਸਾ ਖੂਬਸੂਰਤ ਨਜ਼ਾਰਾ ਵਾ। ਉਦੋਂ ਮੌਸਮ ਚੈੱਕ ਕਰੋ ਜ਼ਰਾ, ਮੌਸਮ ਮਾਸ਼ਾਅੱਲਾ ਬਦਲ ਬਣੇ, ਰਾਤੀ ਬਾਰਿਸ਼ ਹੋਈ, ਅੱਧੇ ਲੋਕਾਂ ਨੇ ਕਣਕਾਂ ਕੱਢ ਲਈਆਂ, ਅੱਧੇ ਵਿਚਾਰੇ ਰਹਿੰਦੇ ਨੇ। ਆਹ ਦੇਖੋ, ਇਹ ਹੁਣ ਭਿੱਜ ਗਈ ਪਾਣੀ ਨਾਲ, ਤਾਂ ਇਹ ਬਦਲ ਬਣਿਆ ਉੱਪਰ, ਇਹੀ ਤਾਂ ਨਜ਼ਾਰੇ ਨੇ ਸੁਬਹਾ ਸੁਬਹਾ ਦੇ ਜਿਹੜੇ ਪਿੰਡਾਂ ਦੇ, ਜਿਹੜੀ ਲਾਈਫ ਦੇ ਨਜ਼ਾਰੇ ਨੇ ਮਾਸ਼ਾਅੱਲਾ। ਨਜ਼ਾਰੇ ਦੇਖੋ ਕੈਸੇ ਨੇ ਯਾਰ, ਹੈ ਨਾ ਮਜ਼ੇ ਵਾਲੇ ਨਜ਼ਾਰੇ। ਇਹ ਹੀ ਲਾਈਫ ਹੈ ਪਿੰਡ ਦੀ ਮਾਸ਼ਾਅੱਲਾ। ਸੁਬਹਾ ਦਾ ਟਾਈਮ ਹੈ 7 ਵਜੇ ਦਾ, ਕੈਸੇ ਪਰਿੰਦੇ ਦੀਆਂ ਆਵਾਜ਼ਾਂ ਵੀ ਆ ਰਹੀਆਂ, ਕੈਸੀ ਚਹਿਲ ਪਹਿਲ ਮਾਸ਼ਾਅੱਲਾ, ਜ਼ਬਰਦਸਤ ਬਿਊਟੀਫੁਲ। ਇਹ ਸੂਰਜ ਦੇਖੋ ਕਿਰਨਾ ਮਾਸ਼ਾਅੱਲਾ, ਬੱਦਲ ਵੀ ਕਾਫੀ, ਮੌਸਮ ਖਰਾਬ ਮਾਸ਼ਾਅੱਲਾ, ਬਹੁਤ ਪਿਆਰਾ ਮੌਸਮ ਹੋਇਆ, ਲੇਕਿਨ ਉਹਨਾਂ ਲੋਕਾਂ ਵਾਸਤੇ ਪਿਆਰਾ ਨਹੀਂ ਹੈ ਜਿਨ੍ਹਾਂ ਦੀ ਯਾਰ ਕਣਕਾਂ ਹੀ ਪਈਆਂ। ਵੇਖੋ ਕੱਢਣਾ ਨਹੀਂ, ਕਣਕਾਂ ਪਈਆਂ ਨੇ, ਉਹ ਵਿਚਾਰੇ ਪਰੇਸ਼ਾਨ ਨੇ। ਲਓ ਜੀ, ਮੈਂ ਪੈਦਲ ਹੁਣ ਜਾ ਰਿਹਾ ਵਾਂ, ਇਹ ਦੇਖੋ ਤੁਹਾਨੂੰ ਚੀਜ਼ ਵਿਖਾਉਂਦਾ ਵਾਂ, ਇਹ ਚੈੱਕ ਕਰੋ। ਹੁਣ ਘਰ ਦੇ ਬਾਹਰ 5 ਸ਼ਿਕਾਰੀ ਬੈਠੇ ਆ, ਤਾਂ ਮੈਂ ਹੁਣ ਉੱਥੋਂ ਕ੍ਰਾਸ ਕਿਵੇਂ ਕਰਨਾ ਵਾਂ। ਅੱਲਾ ਵਾਰਸ। ਲਓ ਜੀ, ਸਵਾਰੀ ਮੇਰੀ ਆ ਗਈ ਹੈ, ਦੇਖੋ ਲਿਫਟ, ਇਹਨਾਂ ਤੋਂ ਮੈਂ ਬਚ ਜਾਵਾਂਗਾ। ਆਹ ਮੇਰੀ ਲਿਫਟ ਆ ਗਈ, ਮੇਰਾ ਦੋਸਤ ਆ ਗਿਆ ਸਨੈਨ, ਸਨੈਨ ਰੇਸ਼ਮਾ। ਚਲੋ ਵੀ, ਮੈਂ ਤਾਂ ਰੋਟੀ ਛੱਡਤੀ, ਅੱਜ ਤਾਂ ਟਾਈਮ ਚੇਂਜ ਹੋ ਗਿਆ। ਆਹ ਦੇਖੋ,
ਲਓ ਜੀ ਅਲਹਮਦੁਲਿਲਾ ਸਵਾਰੀ ਮਿਲ ਗਈ, ਅਸੀਂ ਜਾ ਰਹੇ ਹਾਂ ਆਪਣੀ ਸ਼ੋਪ 'ਤੇ, ਸਾਨੂੰ ਮੈਂ ਰਸਤੇ 'ਤੇ ਵੀ ਲੋਕ ਵਾਵਾਂਗਾ। ਮੈਂ ਨਾ ਟਾਈਮ ਚੇਂਜ ਹੋ ਗਿਆ ਤੇਰਾ, ਸਹੀ ਦੇਖੋ ਕਈ ਲੋਕਾਂ ਨੇ ਕਣਕਾਂ ਕੱਢ ਲਈਆਂ ਅਤੇ ਕਈ ਵਿਚਾਰੇ ਭਿੱਜ ਗਏ ਨੇ ਬਾਰਿਸ਼ 'ਚ, ਯਾਦ ਕਰਨਗੇ ਦੋ ਤਿੰਨ ਦਿਨ ਦਾ ਮੌਸਮ ਹੈਗਾ, ਦੋ ਤਿੰਨ ਦਿਨ ਖਰਾਬ ਹੀ ਰਹਿਣਾ। ਮੈਂ ਪੈਦਲ ਜਾ ਰਿਹਾ ਅਤੇ ਮੈਂ ਕੋਈ ਚੱਲਣ ਦਾ ਬੰਦਾ ਆਏਗਾ, ਮੋਟਰਸਾਈਕਲ ਯਾਰ ਜਾਣਾ ਸੀ। ਲਓ ਜੀ ਮੈਂ ਆਪਣੀ ਸ਼ੋਪ 'ਤੇ ਆ ਗਿਆ, ਐਸੀ ਛੋਟਾ ਜਿਹਾ ਵਲੋਗ। ਤੁਸੀਂ ਮੇਰਾ ਚੈਨਲ ਦੇਸੀ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਜਿੱਥੇ ਰਹੋ ਖੁਸ਼ ਰਹੋ, ਖੁਸ਼ ਰਹਿਣ ਦਿਓ। ਓਕੇ, ਹਾਫਿਜ਼।